ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਮਾਮਲੇ ਹੁਣ ਅਦਾਲਤਾਂ ਵਿੱਚ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਗਿਣਤੀ 'ਚ ਪਹੁੰਚਣ ਲੱਗੇ ਨੇ ਇੱਕ ਰਿਪੋਰਟ ਮੁਤਾਬਕ ਪਿਛਲੇ 30 ਸਾਲ ਦਾ ਰਿਕਾਰਡ ਟੁੱਟਿਆ ਹੈ ਸਾਲ 2022 ਦੌਰਾਨ ਕਿੰਨੀ ਵੱਡੀ ਗਿਣਤੀ ਇਮੀਗ੍ਰੇਸ਼ਨ ਦੇ ਮਾਮਲੇ ਕੈਨੇਡਾ ਦੀ ਫੈਡਰਲ ਅਦਾਲਤ ਵਿੱਚ ਪਹੁੰਚੇ ਸਾਲ 2022 ਦੇ ਅੰਤ ਤੱਕ 70% ਤੋਂ ਜ਼ਿਆਦਾ ਕੇਸ ਅਦਾਲਤਾਂ ਵਿੱਚ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਪਾਏ ਗਏ ਪਿਛਲੇ ਸਾਲ ਇਮੀਗ੍ਰੇਸ਼ਨ ਦੇ 13487 ਨਵੇਂ ਕੇਸਾਂ ਤੇ ਅਦਾਲਤਾਂ ਵਿੱਚ ਸੁਣਵਾਈ ਹੋਈ ਜੋ ਗਿਣਤੀ ਸਾਲ 2021 ਨਾਲੋਂ ਕਾਫੀ ਜ਼ਿਆਦਾ ਸੀ ਜਦੋਂ 97619ਵੇਂ ਇਮੀਗ੍ਰੇਸ਼ਨ ਦੇ ਕੇਸ ਅਦਾਲਤ ਵਿੱਚ ਪਹੁੰਚੇ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਵੱਡੀ ਗਿਣਤੀ ਫਾਈਲਾਂ ਦੇ ਜਵਾਬ ਦੇਣ ਵਿੱਚ ਦੇਰੀ ਕਰ ਰਿਹਾ ਹੈ ਜਾਂ ਫਿਰ ਲਗਾਤਾਰ ਰਿਫਿਊਜ਼ਲ ਵੀ ਆ ਰਹੇ ਨੇ ਤਾਂ ਕਈਆਂ ਵੱਲੋਂ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਂਦੀ ਹੈ ਕਈ ਲੱਖ ਅਰਜ਼ੀਆਂ ਬੈਕਲੌਗ ਦੇ ਵਿੱਚ ਨੇ ਜਿਸ ਕਰਕੇ ਪਰਿਵਾਰਾਂ ਤੋਂ ਦੂਰ ਹੋਣ ਕਰਕੇ ਪ੍ਰੇਸ਼ਾਨ ਕਈ ਲੋਕ ਅਦਾਲਤਾਂ ਦਾ ਰੁਖ ਕਰ ਰਹੇ ਨੇ ਤਾਂ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੀਤੀ ਜਾ ਰਹੀ ਦੇਰੀ ਜਾਂ ਉਹਨਾਂ ਦੇ ਰਿਫਿਊਜ਼ਲ ਨੂੰ ਚੁਣੌਤੀ ਦਿੱਤੀ ਜਾ ਸਕੇ ਹੋਰ ਵੀ ਕਈ ਕਾਰਨ ਨੇ ਜਿਸ ਕਰਕੇ ਅਰਜ਼ੀ ਧਾਰਕ ਅਦਾਲਤਾਂ ਰੁਖ ਕਰਦੇ ਨੇ ਜਿਸ ਵਿੱਚ ਕੈਨੇਡਾ 'ਚ ਮੌਜੂਦ ਕਿਸੇ ਪ੍ਰਵਾਸੀ ਨੂੰ ਤੁਰੰਤ ਦੇਸ਼ ਛੱਡ ਕੇ ਜਾਣ ਦੇ ਲਈ ਕਹਿ ਦੇਣਾ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਰਿਫਿਊਜ਼ਲ ਆਉਂਦੀ ਹੈ ਉਹਨਾਂ ਵੱਲੋਂ ਜੋ ਜੁਡੀਸ਼ੀਅਲ ਰਿਵਿਊ ਪਾਇਆ ਜਾਂਦਾ ਹੈ ਉਸ ਨਾਲ ਕਈ ਵਾਰ ਵੀਜ਼ਾ ਆ ਵੀ ਜਾਂਦਾ ਹੈ ਪਰ ਕਈ ਵਾਰ ਨਹੀਂ ਵੀ ਆਉਂਦਾ ਜ਼ਰੂਰੀ ਨਹੀਂ ਹੈ ਕਿ ਜਦੋਂ ਵੀ ਕਿਸੇ ਰਿਫਿਊਜ਼ਲ ਦੇ ਉੱਤੇ ਜੁਡੀਸ਼ੀਅਲ ਰਿਵਿਊ ਪਾਇਆ ਜਾਵੇ ਤਾਂ ਉਸ ਦਾ ਜਵਾਬ ਹਾਂ ਪੱਕੀ ਹੀ ਆਵੇਗਾ ਬੈਕਲੌਗ ਦੇ ਕਰਕੇ ਸਭ ਤੋਂ ਜ਼ਿਆਦਾ ਪਰੇਸ਼ਾਨ ਨੇ ਅਰਜ਼ੀ ਧਾਰਕ ਜਿਸ ਲਈ ਲਗਾਤਾਰ ਆਵਾਜ਼ ਵੀ ਚੁੱਕੀ ਜਾ ਰਹੀ ਹੈ ਇਮੀਗ੍ਰੇਸ਼ਨ ਵਿਭਾਗ ਹੋਰ ਕੰਮਿਆਂ ਨੂੰ ਜ਼ਿੰਮੇਵਾਰੀ ਦੇਣ ਦੇ ਦਾਅਵੇ ਵੀ ਕਰ ਚੁੱਕਿਆ ਹੈ ਪਰ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਵੱਡੀ ਗਿਣਤੀ ਅਰਜ਼ੀ ਧਾਰਕਾਂ ਦੀ ਨਿਰਾਸ਼ਾ ਦਾ ਸਾਹਮਣਾ ਕਰ ਰਿਹਾ ਹੈ